ਅਸਮਾਨੀ ਉੱਡ ਰਹੇ ਧੂੰਏ ਦੇ ਗੁਬਾਰ, ਟਰਾਲੇ ਦੇ ਟਾਇਰਾਂ ਦੇ ਵਿੱਚੋਂ ਮੱਚ ਰਹੇ ਅੱਗ ਦੇ ਭਾਂਬੜ। ਦੱਸਦੇ ਕਿ ਚੱਲਦੇ ਟਰਾਲੇ ਨੂੰ ਭਿਆਨਕ ਅੱਗ ਲੱਗੀ ਔਰ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਲੰਮਾ ਜਾਮ ਲੱਗ ਪਿਆ। ਦੱਸਦੇ ਕਿ ਮੇਨ ਸੜਕ 'ਤੇ ਇਹ ਹਾਦਸਾ ਹੋਇਆ। ਚੱਲਦੇ ਟਰਾਲੇ ਨੂੰ ਭਿਆਨਕ ਅੱਗ ਲੱਗੀ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਟਰਾਲੇ ਦਾ ਅਗਲਾ ਹਿੱਸਾ ਸੜ ਕੇ ਸਵਾਹ ਹੋ ਗਿਆ। ਰਾਜਪੁਰਾ ਚੰਡੀਗੜ੍ਹ ਰੋਡ 'ਤੇ ਨੀਲਮ ਹੌਸਪੀਟਲ ਦੇ ਨੇੜੇ ਇਹ ਘਟਨਾ ਸਾਹਮਣੇ ਆਈ। ਡਰਾਈਵਰ ਨੇ ਦੱਸਿਆ ਕਿ ਉਹ ਲੁਧਿਆਣੇ ਤੋਂ ਆ ਰਹੇ ਸੀ ਤਾਂ ਅਚਾਨਕ ਟਰਾਲੇ ਦੇ ਵਿੱਚ ਸ਼ਾਰਟ ਸਰਕਟ ਹੋਇਆ, ਜਿਸ ਕਾਰਨ ਇਹ ਭਿਆਨਕ ਅੱਗ ਲੱਗੀ। ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਕਈ ਘੰਟੇ ਉਡੀਕ ਕੀਤੀ, ਪਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਕਾਫੀ ਲੇਟ ਪਹੁੰਚੇ, ਜਿਨ੍ਹਾਂ ਨੇ ਅੱਗ ਬੁਝਾਉਣੀ ਸ਼ੁਰੂ ਕੀਤੀ। ਤਾਂ ਦੱਸਦੇ ਕਿ ਚੱਲਦੇ ਟਰਾਲੇ ਨੂੰ ਭਿਆਨਕ ਅੱਗ ਲੱਗੀ ਹੈ, ਟਾਇਰਾਂ ਦੇ ਵਿੱਚ ਅੱਗ ਦੇ ਭਾਂਬੜ ਨਜ਼ਰ ਆ ਰਹੇ ਨੇ, ਅਸਮਾਨੀ ਧੂੰਆਂ ਚੜ੍ਹਦਾ ਜਾ ਰਿਹਾ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਕਾਫੀ ਘੰਟੇ ਅੱਗ ਇਸੇ ਤਰ੍ਹਾਂ ਮੱਚਦੀ ਰਹੀ, ਟਾਇਰ ਸੜ ਕੇ ਸਵਾਹ ਹੋ ਗਏ ਔਰ ਨਾਲ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਕਾਫੀ ਲੇਟ ਪਹੁੰਚੇ, ਜਿਸ ਕਾਰਨ ਵੱਡਾ ਨੁਕਸਾਨ ਹੋ ਗਿਆ, ਲੰਮਾ ਜਾਮ ਲੱਗ ਪਿਆ। ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਕੀਤਾ ਗਿਆ। ਰਾਜਪੁਰਾ ਚੰਡੀਗੜ੍ਹ ਰੋਡ ਤੇ ਨੀਲਮ ਹੌਸਪੀਟਲ ਦੇ ਨੇੜੇ ਇਹ ਘਟਨਾ ਵਾਪਰੀ ਹੈ। ਅਸਮਾਨੀ ਉੱਡ ਰਹੇ ਧੂੰਏ ਦੇ ਗੁਬਾਰ, ਟਰਾਲੇ ਦੇ ਟਾਇਰਾਂ ਦੇ ਵਿੱਚੋਂ ਮੱਚ ਰਹੇ ਅੱਗ ਦੇ ਭਾਂਬੜ। ਦੱਸਦੇ ਕਿ ਚੱਲਦੇ ਟਰਾਲੇ ਨੂੰ ਭਿਆਨਕ ਅੱਗ ਲੱਗੀ ਔਰ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਲੰਮਾ ਜਾਮ ਲੱਗ ਪਿਆ। ਦੱਸਦੇ ਕਿ ਮੇਨ ਸੜਕ 'ਤੇ ਇਹ ਹਾਦਸਾ ਹੋਇਆ। ਚੱਲਦੇ ਟਰਾਲੇ ਨੂੰ ਭਿਆਨਕ ਅੱਗ ਲੱਗੀ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਟਰਾਲੇ ਦਾ ਅਗਲਾ ਹਿੱਸਾ ਸੜ ਕੇ ਸਵਾਹ ਹੋ ਗਿਆ। ਰਾਜਪੁਰਾ ਚੰਡੀਗੜ੍ਹ ਰੋਡ 'ਤੇ ਨੀਲਮ ਹੌਸਪੀਟਲ ਦੇ ਨੇੜੇ ਇਹ ਘਟਨਾ ਸਾਹਮਣੇ ਆਈ। ਡਰਾਈਵਰ ਨੇ ਦੱਸਿਆ ਕਿ ਉਹ ਲੁਧਿਆਣੇ ਤੋਂ ਆ ਰਹੇ ਸੀ ਤਾਂ ਅਚਾਨਕ ਟਰਾਲੇ ਦੇ ਵਿੱਚ ਸ਼ਾਰਟ ਸਰਕਟ ਹੋਇਆ, ਜਿਸ ਕਾਰਨ ਇਹ ਭਿਆਨਕ ਅੱਗ ਲੱਗੀ। ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਕਈ ਘੰਟੇ ਉਡੀਕ ਕੀਤੀ, ਪਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਕਾਫੀ ਲੇਟ ਪਹੁੰਚੇ, ਜਿਨ੍ਹਾਂ ਨੇ ਅੱਗ ਬੁਝਾਉਣੀ ਸ਼ੁਰੂ ਕੀਤੀ। ਤਾਂ ਦੱਸਦੇ ਕਿ ਚੱਲਦੇ ਟਰਾਲੇ ਨੂੰ ਭਿਆਨਕ ਅੱਗ ਲੱਗੀ ਹੈ, ਟਾਇਰਾਂ ਦੇ ਵਿੱਚ ਅੱਗ ਦੇ ਭਾਂਬੜ ਨਜ਼ਰ ਆ ਰਹੇ ਨੇ, ਅਸਮਾਨੀ ਧੂੰਆਂ ਚੜ੍ਹਦਾ ਜਾ ਰਿਹਾ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਕਾਫੀ ਘੰਟੇ ਅੱਗ ਇਸੇ ਤਰ੍ਹਾਂ ਮੱਚਦੀ ਰਹੀ, ਟਾਇਰ ਸੜ ਕੇ ਸਵਾਹ ਹੋ ਗਏ ਔਰ ਨਾਲ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਕਾਫੀ ਲੇਟ ਪਹੁੰਚੇ, ਜਿਸ ਕਾਰਨ ਵੱਡਾ ਨੁਕਸਾਨ ਹੋ ਗਿਆ, ਲੰਮਾ ਜਾਮ ਲੱਗ ਪਿਆ। ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਕੀਤਾ ਗਿਆ। ਰਾਜਪੁਰਾ ਚੰਡੀਗੜ੍ਹ ਰੋਡ 'ਤੇ ਨੀਲਮ ਹੌਸਪੀਟਲ ਦੇ ਨੇੜੇ ਇਹ ਘਟਨਾ ਵਾਪਰੀ ਹੈ।